ਟੂ ਲੇਟਿਆ ਪੁੱਤ ਫਿਕਰ ਨਾ ਕਰ, ਆ ਜਿਹੜਾ ਭੁੱਖ ਨੰਗ ਵਾਲਾ ਆਪਾਂ ਨੂੰ ਗ੍ਰਹਿਣ ਲੱਗਿਆ ਰਹਾ, ਇਹ ਸਮਝ ਲਾ ਥੋੜ੍ਹੇ ਦਿਨਾਂ 'ਚ ਆਪਣਾ ਉਤਰ ਹੀ ਲੈ। ਸੱਚੀ ਗੱਲ ਬਾਪੂ, ਮੈਂ ਕਹਿੰਦਾ 16 ਨੇ ਸੱਚ ਨੇ, ਇਹ ਕਿਵੇਂ ਲਹੂਗਾ? ਇਹ ਹੋਊਗਾ ਨਿੰਮੋ ਦੇਵੀ ਦੀ ਕਿਰਪਾ ਦੇ ਨਾਲ, ਮਾਂ ਦੀ ਕਿਰਪਾ ਨਾਲ। ਹਾਂ, ਕਿਉਂਕਿ ਤੇਰਾ ਵੱਡਾ ਭਾਈ ਇੱਕ ਕਰ ਪੜ੍ਹ ਲਿਖ ਕੇ ਚੌਕੀਦਾਰ ਬਣ ਗਿਆ, ਥਾਣੇਦਾਰ ਲੱਗ ਗਿਆ। ਓਹੋ, ਥਾਣੇਦਾਰ ਲੱਗ ਗਿਆ, ਫਿਰ ਤਾਂ ਬੱਲੇ ਬੱਲੇ ਹੋ ਗਈ ਵੀ ਬਾਪੂ। ਹੁਣ ਤੂੰ ਥਾਣੇਦਾਰ ਦਾ ਭਾਈ, ਮੈਂ ਥਾਣੇਦਾਰ ਦਾ ਪਿਓ, ਬੱਲੇ ਬੱਲੇ ਤੂੰ ਐਂ ਕਰ, ਚੁੱਪ ਕਰਕੇ ਤਿਆਰੀ ਕਰ ਅਤੇ ਆਪਾਂ ਰਾਤੋ ਰਾਤ ਸ਼ਹਿਰ 'ਚ ਚੱਲੀਏ। ਰਾਤੋ ਰਾਤ? ਨਾ ਬਾਪੂ, ਗੱਲ ਸੁਣ, ਮੈਂ ਹੋਏ ਸ਼ਾਂਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਅਤੇ ਹਜੇ ਮੈਂ ਕੱਲ੍ਹ ਹੀ ਉਹਦੇ ਨਾਲ ਢੇਰ ਸਾਰੇ ਵਾਅਦੇ ਕਰਕੇ ਆਏ ਹਾਂ, ਅਤੇ ਫਿਰ ਉਹਦੇ ਬਾਰੇ ਕੌਣ ਸੋਚੂਗਾ? ਉਹ ਸ਼ਾਂਤੀ 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 ਹੈ, ਸ਼ਾਂਤੀ ਦਾ ਫਿਕਰ ਕਰੂਗਾ ਸ਼ਾਂਤੀ ਦਾ ਪਿਓ ਜਾਂ ਸ਼ਾਂਤੀ ਦਾ ਚਾਚਾ ਹੈ। ਤੂੰ ਐਂ ਕਰ, ਤੂੰ ਫਟਾਫਟ ਮਿੰਟ ਇੱਕ ਲਾ, ਤਿਆਰੀ ਖਿੱਚ, ਚੱਲੀ ਗਈ ਆਪਾਂ।